ਇਹ ਨੇ ਡਿਬਰੂਗੜ੍ਹ ਜੇਲ੍ਹ ਦੇ ਬਾਹਰ ਦੀਆਂ ਤਸਵੀਰਾਂ ਜਿੱਥੇ ਕਿ ਭਾਰੀ ਮੀਂਹ ਪਿਆ, ਮੀਂਹ ਇੰਨਾ ਪਿਆ ਕਿ ਸੜਕਾਂ ਪਾਣੀ ਦੇ ਵਿੱਚ ਡੁੱਬ ਗਈਆਂ। ਔਰ ਕੱਲ੍ਹ ਅੰਮ੍ਰਿਤਪਾਲ ਸਿੰਘ ਜੇਲ੍ਹ ਦੇ ਵਿੱਚੋਂ ਬਾਹਰ ਆਉਣਗੇ, 4 ਦਿਨਾਂ ਦੀ ਪੈਰੋਲ ਉਹਨਾਂ ਦੀ ਮਨਜ਼ੂਰ ਕੀਤੀ ਗਈ ਹੈ ਔਰ ਉਹਨਾਂ ਨੂੰ ਸਿੱਧਾ ਦਿੱਲੀ ਲਿਜਾਇਆ ਜਾਵੇਗਾ। ਸਪੀਕਰ ਓਮ ਬਿਰਲਾ ਦੇ ਕਮਰੇ ਦੇ ਵਿੱਚ ਅੰਮ੍ਰਿਤਪਾਲ ਸਿੰਘ ਬਤੌਰ MP ਸਹੁੰ ਚੁੱਕਣਗੇ। ਹਾਲਾਂਕਿ ਉਹ ਕਿਸ ਤਰੀਕੇ ਦੇ ਨਾਲ ਦਿੱਲੀ ਜਾਣਗੇ, ਕਿ ਉਹਨਾਂ ਨੂੰ ਸਪੈਸ਼ਲ ਚੌਪਰ ਦੇ ਰਾਹੀਂ ਦਿੱਲੀ ਲਿਜਾਇਆ ਜਾਵੇਗਾ ਜਾਂ ਪਲੇਨ ਦੇ ਰਾਹੀਂ, ਇਸ ਬਾਰੇ ਹਾਲੇ ਕੋਈ ਵੀ ਖੁਲਾਸਾ ਨਹੀਂ ਹੋਇਆ। ਤਾਂ 4 ਦਿਨ ਦੀ ਪੈਰੋਲ 'ਤੇ ਅੰਮ੍ਰਿਤਪਾਲ ਸਿੰਘ ਬਾਹਰ ਆਉਣਗੇ, ਦਿੱਲੀ ਤੋਂ ਸਿੱਧਾ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਉਹਨਾਂ ਦੀ ਵਾਪਸੀ ਹੋਵੇਗੀ ਔਰ ਸਿਰਫ 5 ਜਣਿਆਂ ਦੇ ਨਾਲ ਉਹ ਮੁਲਾਕਾਤ ਕਰ ਸਕਦੇ ਨੇ, ਉਹ ਵੀ ਉਹਨਾਂ ਦੇ ਨਾਲ ਜੋ ਖੁਦ ਅੰਮ੍ਰਿਤਪਾਲ ਸਿੰਘ ਸਿਲੈਕਟ ਕਰੇਗਾ। ਤਾਂ ਓਮ ਬਿਰਲਾ ਦੇ ਕਮਰੇ ਦੇ ਵਿੱਚ ਅੰਮ੍ਰਿਤਪਾਲ ਸਿੰਘ ਆਪਣੇ ਅਹੁਦੇ ਦੀ ਬਤੌਰ MP ਸਹੁੰ ਚੁੱਕਣਗੇ। ਡਿਬਰੂਗੜ੍ਹ ਜੇਲ੍ਹ ਤੋਂ ਸਿੱਧਾ ਦਿੱਲੀ ਲਿਆਂਦਾ ਜਾਵੇਗਾ, ਪੰਜਾਬ ਦੇ ਵਿੱਚ ਉਹਨਾਂ ਦੀ ਐਂਟਰੀ ਨਹੀਂ ਹੋਵੇਗੀ। ਅੰਮ੍ਰਿਤਪਾਲ ਸਿੰਘ ਨੂੰ ਦਿੱਲੀ ਦੇ ਵਿੱਚ ਪਰਿਵਾਰ ਹੀ ਉਹਨਾਂ ਨੂੰ ਮਿਲੇਗਾ, ਪਰ ਮੁਲਾਕਾਤ ਮੌਕੇ ਕੋਈ ਵੀ ਫੋਟੋ ਕਲਿੱਕ ਨਹੀਂ ਕਰੇਗਾ। ਉਹਨਾਂ ਨੂੰ ਸਿਰਫ 5 ਜਣੇ ਮਿਲ ਸਕਦੇ ਨੇ, ਉਹ ਵੀ ਉਹ ਜਿਨ੍ਹਾਂ ਦੇ ਨਾਮ ਅੰਮ੍ਰਿਤਪਾਲ ਸਿੰਘ ਖੁਦ ਸਿਲੈਕਟ ਕਰੇਗਾ। ਤਾਂ ਅੰਮ੍ਰਿਤਪਾਲ ਸਿੰਘ 4 ਦਿਨਾਂ ਦੀ ਪੈਰੋਲ 'ਤੇ ਬਾਹਰ ਆਉਣਗੇ। ਇਹ ਤਸਵੀਰਾਂ ਡਿਬਰੂਗੜ੍ਹ ਜੇਲ੍ਹ ਦੀਆਂ ਨੇ ਜਿੱਥੇ ਭਾਰੀ ਮੀਂਹ ਪਿਆ, ਮੀਂਹ ਪੈਣ ਕਰਕੇ ਡਿਬਰੂਗੜ੍ਹ ਜੇਲ੍ਹ ਦੇ ਬਾਹਰਲੀ ਸੜਕ ਨੱਕੋ ਨੱਕ ਭਰ ਗਈ ਔਰ ਅੰਮ੍ਰਿਤਪਾਲ ਸਿੰਘ ਕੱਲ੍ਹ ਕਿਸ ਤਰੀਕੇ ਦੇ ਨਾਲ ਦਿੱਲੀ ਲਿਜਾਏ ਜਾਣਗੇ, ਇਸ 'ਤੇ ਵੀ ਸਭ ਦੀਆਂ ਨਜ਼ਰਾਂ ਬਣੀਆਂ ਹੋਈਆਂ ਨੇ। ਇਹ ਨੇ ਡਿਬਰੂਗੜ੍ਹ ਜੇਲ੍ਹ ਦੇ ਬਾਹਰ ਦੀਆਂ ਤਸਵੀਰਾਂ ਜਿੱਥੇ ਕਿ ਭਾਰੀ ਮੀਂਹ ਪਿਆ, ਮੀਂਹ ਇੰਨਾ ਪਿਆ ਕਿ ਸੜਕਾਂ ਪਾਣੀ ਦੇ ਵਿੱਚ ਡੁੱਬ ਗਈਆਂ। ਔਰ ਕੱਲ੍ਹ ਅੰਮ੍ਰਿਤਪਾਲ ਸਿੰਘ ਜੇਲ੍ਹ ਦੇ ਵਿੱਚੋਂ ਬਾਹਰ ਆਉਣਗੇ, 4 ਦਿਨਾਂ ਦੀ ਪੈਰੋਲ ਉਹਨਾਂ ਦੀ ਮਨਜ਼ੂਰ ਕੀਤੀ ਗਈ ਹੈ ਔਰ ਉਹਨਾਂ ਨੂੰ ਸਿੱਧਾ ਦਿੱਲੀ ਲਿਜਾਇਆ ਜਾਵੇਗਾ। ਸਪੀਕਰ ਓਮ ਬਿਰਲਾ ਦੇ ਕਮਰੇ ਦੇ ਵਿੱਚ ਅੰਮ੍ਰਿਤਪਾਲ ਸਿੰਘ ਬਤੌਰ MP ਸਹੁੰ ਚੁੱਕਣਗੇ। ਹਾਲਾਂਕਿ ਉਹ ਕਿਸ ਤਰੀਕੇ ਦੇ ਨਾਲ ਦਿੱਲੀ ਜਾਣਗੇ, ਕਿ ਉਹਨਾਂ ਨੂੰ ਸਪੈਸ਼ਲ ਚੌਪਰ ਦੇ ਰਾਹੀਂ ਦਿੱਲੀ ਲਿਜਾਇਆ ਜਾਵੇਗਾ ਜਾਂ ਪਲੇਨ ਦੇ ਰਾਹੀਂ, ਇਸ ਬਾਰੇ ਹਾਲੇ ਕੋਈ ਵੀ ਖੁਲਾਸਾ ਨਹੀਂ ਹੋਇਆ। ਤਾਂ 4 ਦਿਨ ਦੀ ਪੈਰੋਲ 'ਤੇ ਅੰਮ੍ਰਿਤਪਾਲ ਸਿੰਘ ਬਾਹਰ ਆਉਣਗੇ, ਦਿੱਲੀ ਤੋਂ ਸਿੱਧਾ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਉਹਨਾਂ ਦੀ ਵਾਪਸੀ ਹੋਵੇਗੀ ਔਰ ਸਿਰਫ 5 ਜਣਿਆਂ ਦੇ ਨਾਲ ਉਹ ਮੁਲਾਕਾਤ ਕਰ ਸਕਦੇ ਨੇ, ਉਹ ਵੀ ਉਹਨਾਂ ਦੇ ਨਾਲ ਜੋ ਖੁਦ ਅੰਮ੍ਰਿਤਪਾਲ ਸਿੰਘ ਸਿਲੈਕਟ ਕਰੇਗਾ। ਤਾਂ ਓਮ ਬਿਰਲਾ ਦੇ ਕਮਰੇ ਦੇ ਵਿੱਚ ਅੰਮ੍ਰਿਤਪਾਲ ਸਿੰਘ ਆਪਣੇ ਅਹੁਦੇ ਦੀ ਬਤੌਰ MP ਸਹੁੰ ਚੁੱਕਣਗੇ। ਡਿਬਰੂਗੜ੍ਹ ਜੇਲ੍ਹ ਤੋਂ ਸਿੱਧਾ ਦਿੱਲੀ ਲਿਆਂਦਾ ਜਾਵੇਗਾ, ਪੰਜਾਬ ਦੇ ਵਿੱਚ ਉਹਨਾਂ ਦੀ ਐਂਟਰੀ ਨਹੀਂ ਹੋਵੇਗੀ। ਅੰਮ੍ਰਿਤਪਾਲ ਸਿੰਘ ਨੂੰ ਦਿੱਲੀ ਦੇ ਵਿੱਚ ਪਰਿਵਾਰ ਹੀ ਉਹਨਾਂ ਨੂੰ ਮਿਲੇਗਾ, ਪਰ ਮੁਲਾਕਾਤ ਮੌਕੇ ਕੋਈ ਵੀ ਫੋਟੋ ਕਲਿੱਕ ਨਹੀਂ ਕਰੇਗਾ। ਉਹਨਾਂ ਨੂੰ ਸਿਰਫ 5 ਜਣੇ ਮਿਲ ਸਕਦੇ ਨੇ, ਉਹ ਵੀ ਉਹ ਜਿਨ੍ਹਾਂ ਦੇ ਨਾਮ ਅੰਮ੍ਰਿਤਪਾਲ ਸਿੰਘ ਖੁਦ ਸਿਲੈਕਟ ਕਰੇਗਾ। ਤਾਂ ਅੰਮ੍ਰਿਤਪਾਲ ਸਿੰਘ 4 ਦਿਨਾਂ ਦੀ ਪੈਰੋਲ 'ਤੇ ਬਾਹਰ ਆਉਣਗੇ। ਇਹ ਤਸਵੀਰਾਂ ਡਿਬਰੂਗੜ੍ਹ ਜੇਲ੍ਹ ਦੀਆਂ ਨੇ ਜਿੱਥੇ ਭਾਰੀ ਮੀਂਹ ਪਿਆ, ਮੀਂਹ ਪੈਣ ਕਰਕੇ ਡਿਬਰੂਗੜ੍ਹ ਜੇਲ੍ਹ ਦੇ ਬਾਹਰਲੀ ਸੜਕ ਨੱਕੋ ਨੱਕ ਭਰ ਗਈ ਔਰ ਅੰਮ੍ਰਿਤਪਾਲ ਸਿੰਘ ਕੱਲ੍ਹ ਕਿਸ ਤਰੀਕੇ ਦੇ ਨਾਲ ਦਿੱਲੀ ਲਿਜਾਏ ਜਾਣਗੇ, ਇਸ 'ਤੇ ਵੀ ਸਭ ਦੀਆਂ ਨਜ਼ਰਾਂ ਬਣੀਆਂ ਹੋਈਆਂ ਨੇ।